ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਤੇ ਨੌ ਯਾਰ ਸਾਡੇ ਇੱਥੇ ਉਬਲੇ ਅੰਡੇ ਆ ਨਾ ਜਿੱਥੇ ਨਹੀਂ ਹੁੰਦੇ ਉੱਥੇ ਪੂਰੇ ਪੂਰੇ ਹੁੰਦੇ ਨੇ ਤੇ ਅਸੀਂ ਐਂ ਤੋੜਨੇ ਆ ਵਿੱਚੋਂ ਜ਼ਰਦੀ ਨਿਕਲਦੀ ਅੱਧੀ ਇੱਧਰ ਹੋ ਜਾਏ ਅੱਧੀ ਇੱਧਰ ਹੁੰਦੀ ਹੈ ਕਿਹੜੀ ਡਿਸ਼ ਹੈਗੀ ਮੈਨੂੰ ਨਾਮ ਦੱਸੋ ਜ਼ਰਾ ਚਲ ਸਰ ਅੰਦਰ ਨਾਮ ਹੈਗਾ ਡੈਵਲਡ ਐਗ ਡੈਵਲ ਡੈਮ ਐਗ ਐਨ ਡੈਵਲਡ ਐਗ ਡੈਵਲਡ ਕਹਿੰਦੇ ਸ਼ੈਤਾਨ ਇਹ ਸ਼ੈਤਾਨੀ ਅੰਡੇ ਆ ਇਹ ਸ਼ੈਤਾਨੀ ਅੰਡੇ ਨੇ ਹੋ 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 ਮੁਰਗੀਆਂ ਸੁਣੇ ਸੀ ਸ਼ੈਤਾਨ ਵੀ ਅੰਡੇ ਦੇਣ ਲੱਗ ਪਏ ਜੀ ਬੜਾ ਮਿਰਚਾਂ ਦਾ ਤੇ ਬੜਾ ਟੇਸਟੀ ਤੇ ਬੜਾ ਮਜ਼ੇਦਾਰ ਹੈਗਾ ਬੜੀ ਮਿਰਚਾਂ ਪਾਈਆਂ ਨੇ ਆਮ ਬੰਦਾ ਨਹੀਂ ਖਾ ਸਕਦਾ ਯਕੀਨ ਕਰੋ ਮੈਂ ਬਰਦਾਸ਼ਤ ਕਰੀਏ ਵੈਸੇ ਇਹ ਚੰਗੀਆਂ ਜੀ ਖੁਸ਼ਬੂ ਹੈ ਜੀ ਕਿਆ ਹੀ ਬਾਤਾਂ ਨੇ ਕਿਉਂਕਿ ਇਹਦੀ ਖੁਸ਼ਬੂ ਮੈਂ ਜਿਸ ਸਾਂਭੀ ਜੀ ਪੱਕਦੀ ਹੋਏ ਤਨੀ ਦੇ ਖੁਸ਼ਬੂ ਦੂਰੋਂ ਆਈ ਮਹੱਲੇ ਦਾ ਕਾਲ ਲੱਗਦੇ ਹਨ ਕਲਾਈ ਕੋਈ ਜੋ ਕਹਿ ਪੱਕ ਜਾ ਕਿਉਂ ਨਾ ਇਹਦੀ ਖੁਸ਼ਬੂ ਹੀ ਮਹਿਕੀ ਨਹੀਂ ਹੁੰਦੀ ਹੈ ਇਹ ਜਿਹੜਾ ਚਿੱਟਾ ਚਿੱਟਾ ਹੁੰਦਾ ਨਾ ਜੀ ਇਹਦੀ ਤਸੀਰ ਹੁੰਦੀ ਹੈ ਸਰਦ ਤੇ ਇਹ ਜਿਹੜਾ ਹੁੰਦਾ ਨਾ ਜੀ ਵਿੱਚ ਇਹਦੇ ਸਰਦੀ ਇਹ ਹੁੰਦੀ ਗਰਮ ਤਰ ਇਸ ਲਈ ਇੱਡਾ ਜ਼ਿਆਦਾ ਨੁਕਸਾਨ ਨਹੀਂ ਕਰਦਾ ਭਾਵੇਂ ਤੁਸੀਂ ਇਹਨੂੰ ਸਰਦੀ ਸਮੇਤ ਵੀ ਖਾ ਲਓ ਇੱਕ ਅੰਡਾ ਰੋਜ਼ ਖਾਣਾ ਚਾਹੀਦਾ ਬਾਕੀ ਜੇ ਠੰਡ ਆਉਂਦੀ ਨਾ ਤੇ ਅੰਡੇ ਜ਼ਿਆਦਾ ਦੇ ਲੋਕ ਖਾਂਦੇ ਸਾਡੇ ਦੇ ਬੱਚੇ ਖਾਂਦੇ ਨੇ ਉਬਾਲ ਕੇ ਨਮਕ ਪਾ ਲਿਆ ਮਿਰਚ ਪਾ ਲਈ ਥੋੜ੍ਹੀ ਜਿਹੀ ਕਾਲੀ ਲੇਕਿਨ ਉਹਦਾ ਤਾਂ ਸਵਾਦ ਹੋਰ ਸੀ ਇਹ ਵੱਖਰਾ ਮਜ਼ਾ ਬਣਾ ਦਿੱਤਾ ਅੰਡੇ ਦੇ ਵਿੱਚ ਜਿਹੜੀ ਇਹਦੀ ਸਰਦੀ ਬਚੀ ਤੇ ਉਹਦੇ ਵਿੱਚ ਹੀ ਮਸਾਲੇ ਪਾ ਕੇ ਉਹਨੂੰ ਤਿਆਰ ਕਰ ਦਿੱਤਾ ਅੱਗ ਲੱਗ ਗਈ ਮੇਰੇ ਯਕੀਨ ਕਰੋ ਮੇਰੇ ਅੱਖਾਂ 'ਚ ਪਾਣੀ ਨਿਕਲ ਆਇਆ ਮੈਂ ਇੱਕ ਅੰਡਾ ਖਾਧਾ ਹੈ ਮੇਰੇ ਇਲਾਕੇ ਖਾਸ ਲੋਚੇ ਤਾਂ ਅਸੀਂ ਦੇਸੀ ਮੁਰਗੀਆਂ ਦੇ ਅੰਡੇ ਵਾਕਈ ਖਾਂਦੇ ਰਹੇ ਬੜੇ ਗਰਮ ਹੁੰਦੇ ਜਿੰਨੇ ਠੰਡ ਲੱਗੀ ਹੋਣਾ ਠੰਡ ਦਾ ਵਹਾਅ ਹੋਇਆ ਦੋ ਅੰਡੇ 'ਚ ਉਹ ਵੀ ਫਿੱਟ ਹੋ ਜਾਂਦਾ ਇਹੋ ਜਿਹੇ ਤੁਸੀਂ ਕੋਈ ਦੋ ਤਿੰਨ ਅੰਡੇ ਲੈ ਕੇ ਉਹਨਾਂ ਨੂੰ ਇੰਜ ਹੀ ਬਣਾ ਲਓ ਨਾ ਤੇ ਤੁਸੀਂ ਮਜ਼ੇਦਾਰ ਖਾਣਾ ਖਾ ਸਕਦੇ ਹੋ ਸਾਡੇ ਇੱਥੇ ਉਹ ਬਣਦੇ ਮੌਸਮ ਦੇ ਹਿਸਾਬ ਨਾਲ ਠੰਡ ਪਾਣੀ ਦੇ ਪਕੌੜੇ ਕੱਢ ਲਓ ਜੀ ਤੇ ਨਾਲ ਚਾਹ ਪੀ ਲਈ ਨਾਲ ਪਕੌੜੇ ਖਾ ਲਏ ਸਮੋਸੇ ਖਾ ਲਏ ਇਹ ਮੈਨੂੰ ਲੱਗਦਾ ਉਹਨਾਂ ਦੇ ਡੈਵਲ ਐਗ ਜਿਹੜੇ ਨੇ ਨਾ ਇਹ ਉਸੇ ਮੌਸਮ ਵਾਸਤੇ ਤਿਆਰ ਕੀਤੀ ਡਿਸ਼ ਉਹਨਾਂ ਨੇ ਮੈਂ ਉਹਨਾਂ ਕੋਲ ਬੜਾ ਚਾਲੂ ਹੈਗਾ ਮਾਈਨਰ ਸੌਸ ਕੀ ਪਤਾ ਨਹੀਂ ਕੀ ਕਹਿੰਦੇ ਤੁਸੀਂ ਮਸਟਰਡ ਮਸਟਰਡ ਹੁਣ ਅੱਜ ਤੋਂ ਬਾਅਦ ਮੈਂ ਭੁੱਲੇਗਾ ਨਹੀਂ ਮਸਟਰਡ ਜਿਹੜੀ ਹੈ ਨਾ ਯਕੀਨ ਕਰੋ ਤੇ ਹਿਲਾ ਕੇ ਰੱਖ ਦਿੰਦੀ ਬੰਦੇ ਨੂੰ ਯਕੀਨ ਕਰੋ ਹੋਏ 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 ਅਕਸਰ ਮੇਰੀ ਮਾਤ ਦੱਸਿਆ ਮੈਂ ਜਦੋਂ ਜ਼ਿਆਦਾ ਬੁਖਾਰ ਹੋ ਜਾਏ ਬਿਮਾਰ ਹੋ ਜਾਏ ਬੰਦਾ ਉਹਨੂੰ ਜਨਾਬ ਦੁੱਧ 'ਚ ਕੱਚਾ ਅੰਡਾ ਫੈਂਟ ਕੇ ਪਿਆਉਂਦੇ ਨੇ ਮੈਂ ਕਹਿੰਦਾ ਕਿੱਧਰ ਗਈ ਠੰਡ ਤੇ ਕਿੱਧਰ ਗਿਆ ਬੁਖਾਰ ਬਿਲਕੁਲ ਫਿੱਟ ਹੈ ਇਹਦੇ 'ਚ ਪਾਇਆ ਕੀ ਹੈ ਜੀ ਤਾਂ ਭਾਈ ਇਹਦੇ 'ਚ ਮਾਇਓਨੀਜ਼ ਹੈ ਕਾਲੀਆ ਮਿਰਚ ਹੈ ਮਸਟਰਡ ਹੈ ਨਮਕ ਹੈ ਮਿਰਚ ਹੈ ਲਾਲ ਹਾਏ 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 ਅਸੀਂ ਵੀ ਘਰ 'ਚ ਟਰਾਈ ਕਰਾਂਗੇ ਇਸ ਤਰ੍ਹਾਂ ਬਣਾ ਕੇ ਬੱਚਿਆਂ ਨੂੰ ਖਵਾਵਾਂ ਜਾ ਕੇ ਮਹਿਮਾਨ ਆ ਜਾਵੇ ਉਹ ਤਾਂ ਗਿਆ ਵੀ ਬਣਾ ਕੇ ਰੱਖਾਂ ਤੇ ਪਕੌੜੇ ਪਕੌੜੇ ਵੀ ਰੱਖਾਂ ਮੈਂ ਉਹਨੂੰ ਦੇਖਾਂਗਾ ਜਿਹੜੀ ਪਸੰਦ ਆਉਂਦੀ ਚੀਜ਼ ਅੱਜ ਕੱਲ੍ਹ ਤੇ ਬਲੈਲਰ ਅੰਡੇ ਨੇ ਸਾਡੇ ਜ਼ਮਾਨੇ 'ਚ ਦੇਸੀ ਅੰਡੇ ਹੁੰਦੇ ਸੀ ਇਹ ਛੋਟੇ ਜਿਹੜੇ ਬੜੇ ਮਜ਼ੇਦਾਰ ਹੁੰਦੇ ਸੀ ਤੇ ਪੀਲੀ ਸਰਦੀ ਉਹਦੇ 'ਚ ਨਿਕਲਦੀ ਸੀ ਦੇਸੀ ਦੀ ਪਛਾਣ ਹੁੰਦੀ ਹੈ
ਕਿ ਉਹਦੇ ਅੰਦਰ ਨੂੰ ਤੋੜੋਗੇ ਨਾ ਤਾਂ ਤੁਸੀਂ ਪੀਲੀ ਸਰਦੀ ਪਾਓਗੇ। ਯਾਰ ਯਾਰ ਸਾਡੇ ਅੰਡੇ ਚੀਜ਼ ਨਾਲ ਤੇਰੇ ਦੇ ਬੜਾ ਫਰਕ ਹੈ। ਸਾਡਾ ਅੰਡਾ ਉਬਾਲਿਆ ਜਾਂਦਾ ਹੈ, ਪਰੌਂਠੇ ਨੂੰ ਲਗਾ ਦਿੰਦੇ ਹਾਂ, ਪਰੌਂਠੇ ਬਣਾ ਲਾ, ਮੁੰਡੇ ਬਣਾ ਦਿੰਦੇ ਹਾਂ, ਉਹ ਜਿਹੜਾ ਸਾਡਾ ਜਿਹੜਾ ਉਬਾਲ ਕੇ ਉਹਦੇ 'ਚ ਵਿੱਚ ਜਾਂ ਮਟੀਰੀਅਲ ਭਰਿਆ ਇਹ ਨਹੀਂ ਭਰਦੇ ਕਿ ਸਰਦੀ ਹੁੰਦੀ ਹੈ, ਇੰਝ ਹੀ ਖਾਂਦੇ ਹਾਂ ਅਸੀਂ, ਜਾਂ ਕਾਲਾ ਨਮਕ ਲਾ ਦੇ ਕੇ ਖਾਂਦੇ ਹਾਂ ਚਾਹੇ ਨਾ। ਯਕੀਨ ਜਾਣੋ ਕਿਹੋ ਜਿਹਾ ਖਾਣਾ ਜਿਹੜਾ ਨਾ ਹਲਕੀ ਹਲਕੀ ਬਰਸਾਤ ਹੁੰਦੀ ਹੋਵੇ ਅਤੇ ਫਿਰ ਬੰਦਾ ਆ ਬਹਿ ਕੇ ਅਤੇ ਨਾਲ ਲੈ ਕੇ ਕੰਡਾ ਖਾਏ ਜਾਂ ਨਾਲ ਚਾਹ ਦਾ ਕੱਪ ਰੱਖਿਆ ਅਤੇ ਖੱਟਾ ਘੱਟ ਉਹ ਵੀ ਨਾਲ ਪੀ ਲਈ ਜਾਏ, ਇਹਦੇ ਨਾਲ ਬੋਤਲ ਸ਼ੋਤਲ ਨਹੀਂ ਜੱਚਦੀ, ਇਹਨਾਂ ਚਾਹ ਜਾਂ ਦੁੱਧ ਪੱਤੀ ਜੱਚਦੀ ਹੈ। ਅੱਗੇ ਬੰਦਾ ਖਾਲੀ ਅੰਡਾ ਖਾਂਦਾ ਹੀ ਬਾਲ ਕੇ ਲੇਕਿਨ ਉਹਨਾਂ ਨੇ ਅੰਡਿਆਂ ਦੇ ਉਬਰਿਆਂ ਦੇ ਵਿੱਚ ਵੀ ਨਾ ਸਾਰਿਆਂ ਨਾਲ ਹੀ ਸੈਕੇ ਪਾ ਦਿੱਤੇ ਆ। ਤੁਸੀਂ ਸਾਡੇ ਤੇ ਇੱਥੇ ਸਰਦੀਆਂ ਦੇ ਵਿੱਚ ਲੋਕ ਆਉਂਦੇ ਨੇ ਗਲੀ ਮੁਹੱਲਿਆਂ ਦੇ, ਗਰਮ ਅੰਡੇ ਅੰਡੇ ਗਰਮੇ ਅਸੀਂ ਉਹ ਲੈ ਕੇ ਖਾਂਦੇ ਹਾਂ। ਮਜ਼ੇ ਦਾ ਮਜ਼ਾ, ਤਾਕਤ ਦੀ ਤਾਕਤ ਦੇ ਨਾਲ ਖੁਰਾਕ ਦੀ ਖੁਰਾਕ, ਇੱਕ ਚੀਜ਼ ਵਿੱਚ ਦੇਖੋ ਕਿੰਨੇ ਸਾਰੇ ਫਾਇਦੇ ਨੇ ਇਹਦੇ ਵਿੱਚ ਰੁਕੇ ਹੋਏ। ਹਰ ਚੀਜ਼ ਦੀ ਲੜਾ ਲੜੇ ਖੁਸ਼ਬੂਆਂ ਵਿੱਚੋਂ ਆ ਰਹੀਆਂ, ਕਾਲੀ ਮਿਰਚ ਦੀ ਆ ਰਹੀ, ਮਾਇਨਸ ਦੀ ਆ ਰਹੀ, ਕੀ ਮਜ਼ੇਦਾਰ ਖਾਣਾ ਹੈ, ਕਿਆ ਬਾਤ ਹੈ, ਤੁਸੀਂ ਵੀ ਇੱਕ ਖਾ ਕੇ ਦੇਖੋ। ਹੈਲੋ, ਮੈਨੂੰ ਇਹ ਸਮਝ ਨਹੀਂ ਕਿ ਇਹਨਾਂ ਨੇ ਕੀ ਸੋਚ ਕੇ ਇਹ ਅੰਡਾ ਤਿਆਰ ਕੀਤਾ ਯਾਰ, ਮਸਟਰਡ ਪਾ ਕੇ ਵਿੱਚ ਬਹੁਤ ਮਜ਼ਾ ਆਇਆ ਡੈਵਲ ਖਾਣ ਦਾ। ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਆਪਣਾ ਬੈਲ ਆਈਕਨ ਦਬਾਓ, ਆਪਣੇ ਦੋਸਤਾਂ ਨੂੰ ਸ਼ੇਅਰ ਕਰੋ, ਅੱਛੇ ਅੱਛੇ ਖਾਣੇ ਖਾਓ, ਜਾਣਾ ਬਣਾਓ, ਸਾਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਅੱਲਾਹ।